ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗਦੀ ਦਿਵਸ ਕੱਤਕ ਸੁਦੀ 2 1665 ਬਿਕਰਮੀ ਇੰਗਲਿਸ਼ ਈਅਰ 1708 ਜੋ ਕਿ ਮੰਗਲਵਾਰ ਨਵੰਬਰ 1 ਨੂੰ ਹੈ। ਸੋ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਪ੍ਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਹਨ ਉਹਨਾਂ ਦੇ ਦਰਸ਼ਨ ਕਰਵਾਏ ਜਾਣਗੇ। ਜੋ ਸਰੂਪ ਆਪ ਜੀ ਦੇਖ ਰਹੇ ਹੋ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਹੈ। ਇਸ ਦੀ ਜਿਲਦ ਸੋਨੇ ਦੀ ਹੈ, 4 ਕਿਲੋ ਤਕਰੀਬਨ ਸੋਨਾ ਇਸ ਨੂੰ ਲੱਗਾ ਹੋਇਆ। ਇਸ ਵੀਡੀਓ ਦੇ ਵਿੱਚ ਪ੍ਰਾਤਨ ਸਰੂਪਾਂ ਦੇ ਦਰਸ਼ਨ ਕਰਾਉਣ ਦੇ ਨਾਲ ਨਾਲ ਆਪ ਜੀ ਨੂੰ ਜਾਣਕਾਰੀ ਵੀ ਦਿੱਤੀ ਜਾਏਗੀ। ਸੋ ਇਸ ਲਈ ਹਰ ਕਿਸੇ ਸਿੱਖ ਤੱਕ ਇਹ ਵੀਡੀਓ ਪਹੁੰਚਾਉਣ ਦਾ ਆਪ ਜੀ ਉਪਰਾਲਾ ਜ਼ਰੂਰ ਕਰੋ, ਹਰ ਕਿਸੇ ਸਿੱਖ ਦੇ ਨਾਲ ਜ਼ਰੂਰ ਸ਼ੇਅਰ ਕਰੋ। ਤੇ ਆਓ ਸਭ ਤੋਂ ਪਹਿਲਾਂ ਆਪ ਜੀ ਨੂੰ ਜੋ ਸਰੂਪ 1691 ਸੰਨ ਦੇ ਵਿੱਚ ਲਿਖਿਆ ਗਿਆ ਸੀ ਉਸ ਦੇ ਦਰਸ਼ਨ ਕਰਵਾਈਏ। ਇਹ ਸਰੂਪ ਸੰਬਤ 1748 ਮਿਤੀ ਅਸਾੜਵਦੀ ਤਿਉਦਸੀ ਨੂੰ ਗ੍ਰੰਥ ਲਿਖਿਆ, ਭਾਵ ਜੇ ਇੰਗਲਿਸ਼ ਈਅਰ ਕੱਢਣਾ ਹੋਵੇ ਤੇ 1691 ਕਿਉਂਕਿ ਸੰਮਤ 57 ਸਾਲ ਅੱਗੇ ਚੱਲਦਾ ਆ। ਸੋ ਜਿਵੇਂ ਹੁਣ 2016 ਆ ਪਰ ਸੰਮਤ 2073 ਚੱਲ ਰਿਹਾ। ਇਹ ਸਰੂਪ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਹੈ ਤੇ ਇਸ ਦੇ ਵਿੱਚ ਆਪ ਜੀ ਦੇਖੋਗੇ ਇੱਥੇ ਮਹੱਲਾ 10ਵਾਂ ਲਿਖਿਆ ਹੋਇਆ, ਜਿੱਥੇ ਆਉਂਦਾ ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ। ਕਿਉਂਕਿ ਜਦੋਂ ਗੁਰੂ ਸਾਹਿਬ ਜੀ ਅਖੀਰਲੇ ਸਮੇਂ ਜੇਲ੍ਹ ਦੇ ਵਿੱਚ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਖਿਆ ਲੈਣ ਦੇ ਲਈ ਇਹ ਦੋਹਰਾ ਲਿਖ ਕੇ ਭੇਜਿਆ ਸੀਗਾ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਲਿਖ ਕੇ ਭੇਜਿਆ ਸੀ, ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਕਰਕੇ ਲਿਖ ਕੇ ਭੇਜਿਆ ਸੀਗਾ ਕੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਆਪਣਾ ਪਿਤਾ ਹੀ ਸਮਝਦੇ ਆ ਕਿ ਉਸੇ ਗੁਰੂ ਨਾਨਕ ਦੀ ਜੋਤ ਸਮਝਦੇ ਆ, ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸੋ ਸਰੀਰ ਬਦਲੇ ਸਨ ਪਰ ਜੋਤ ਉਹੀ ਸੀ ਗੁਰੂ ਨਾਨਕ ਦੇਵ ਜੀ ਵਾਲੀ। ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪ੍ਰੀਖਿਆ ਦੇ ਵਿੱਚ ਖਰੇ ਉਤਰੇ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖ ਕੇ ਭੇਜਿਆ ਸੀਗਾ, ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਭਾਵ ਆਪ ਜੀ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ, ਆਪ ਜੀ ਨੇ ਹੀ ਸਹਾਈ ਹੋਣਾ, ਆਪ ਜੀ ਨੇ ਹੀ ਹਿੰਦੂਆਂ ਦੀ ਰੱਖਿਆ ਕਰਨੀ ਹੈ। ਸੋ ਇਹ ਗੁਰੂ ਸਾਹਿਬ ਜੀ ਨੇ ਲਿਖ ਕੇ ਭੇਜਿਆ, ਇਸ ਕਰਕੇ ਇੱਥੇ ਕਈ ਪ੍ਰਾਤਨ ਸਰੂਪਾਂ ਦੇ ਵਿੱਚ ਮਹੱਲਾ 10ਵਾਂ ਵੀ ਲਿਖਿਆ ਹੋਇਆ। ਸੋ ਹਾਂਜੀ ਬਿਲਕੁਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਗੁਰੂ ਸਾਹਿਬਾਂ ਦੀ ਬਾਣੀ ਆ, ਪਰ ਜ਼ਿਆਦਾਤਰ ਪ੍ਰਚਲਿਤ ਇਹੀ ਹੈ ਕਿ 6 ਗੁਰੂਆਂ ਦੀ ਬਾਣੀ ਹੈ। ਸੋ 10ਵੇਂ ਪਾਤਸ਼ਾਹ ਦਾ ਇਹ ਸ਼ਲੋਕ ਤੇ 6ਵੇਂ ਪਾਤਸ਼ਾਹ ਨੇ ਧੁਨਾਂ ਚੜਾਈਆਂ ਨੇ ਵਾਰਾਂ ਦੇ ਉੱਤੇ, ਜਿਵੇਂ ਆਪਾਂ ਆਸਾ ਦੀ ਵਾਰ